ਸਿੱਧੂ ਮੂਸੇਵਾਲੇ ਦੀ ਮਾਤਾ ਨੇ ਪੂਰੀ ਸੱਚਾਈ ਜਿਹੜੀ ਹੈ ਉਹ ਦੱਸ ਦਿੱਤੀ ਹੈ। ਜੀ ਹਾਂ, ਗੱਲ ਕਰਦੇ ਹਾਂ ਜਿੱਥੇ ਰੋਂਦੇ ਰੋਂਦੇ ਇੱਕ ਵੱਡੀ ਗੱਲ ਜਿਹੜੀ ਹੈ ਉਹਨਾਂ ਦੇ ਵੱਲੋਂ ਆਖੀ ਗਈ ਹੈ। ਇਸ ਖਬਰ ਦਾ ਸੱਚ ਕੀ ਹੈ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਸੋ ਆਖਿਰਕਾਰ ਸਿੱਧੂ ਮੂਸੇਵਾਲੇ ਦੀ ਮਾਤਾ ਨੂੰ ਲੈ ਕੇ ਕਈ ਤਰ੍ਹਾਂ ਦੇ ਭੁਲੇਖੇ ਜਿਹੜੇ ਨੇ ਉਹ ਪਾਏ ਗਏ ਨੇ। ਆਖਿਰਕਾਰ ਲੋਕਾਂ ਦੇ ਵੱਲੋਂ ਕੁਝ ਗਲਤ ਫਹਿਮੀਆਂ ਵੀ ਜਿਹੜੀਆਂ ਨੇ ਪਾਲ ਦਿੱਤੀਆਂ ਗਈਆਂ ਨੇ। ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਮਾਰਚ ਮਹੀਨੇ ਛੋਟਾ ਸਿੱਧੂ ਆਉਣ ਵਾਲਾ ਹੈ। ਸਿੱਧੂ ਮੂਸੇਵਾਲੇ ਦੀ ਮਾਂ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਹੈ। ਸੋ ਇਸ ਤਰ੍ਹਾਂ ਦੀਆਂ ਅਫਵਾਹਾਂ ਲੋਕਾਂ ਦੇ ਵੱਲੋਂ ਉਡਾਈਆਂ ਗਈਆਂ ਨੇ, ਉਹਨਾਂ ਸਾਰੀਆਂ ਗੱਲਾਂ ਦਾ ਇੱਕ ਸੱਚ ਕੀ ਹੈ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਸੋ ਆਖਿਰਕਾਰ ਪੂਰੀ ਅਪਡੇਟ ਜਿਹੜੀ ਹੈ ਬਿਲਕੁਲ ਤੁਹਾਨੂੰ ਦੱਸਾਂਗੇ। ਸਿੱਧੂ ਮੂਸੇਵਾਲੇ ਦੀ ਮਾਂ ਅਤੇ ਪਿਤਾ ਨੇ IVF ਕਰਵਾਇਆ, ਜਿਸ ਦੇ ਨਾਲ ਉਹ 58 ਸਾਲ ਦੀ ਉਮਰ ਦੇ ਵਿੱਚ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੇ ਨੇ। ਸੋ ਆਖਿਰਕਾਰ ਇਸ ਇੰਡੀਆ ਦੇ ਵਿੱਚ 50 ਸਾਲ ਤੱਕ IVF ਕਰਵਾ ਸਕਦੇ ਹਾਂ। ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਭਾਰਤ ਦੇ ਵਿੱਚ ਜਿਹੜਾ ਗੌਰਮੈਂਟ ਦੇ ਵੱਲੋਂ ਇਸ ਦੇ ਉੱਤੇ ਪ੍ਰੋਪਰ ਬੈਨ ਹੈ, 50 ਸਾਲ ਤੋਂ ਬਾਅਦ ਨਹੀਂ ਕਰਵਾ ਸਕਦੇ। ਸੋ ਆਖਿਰਕਾਰ ਸਵਾਲ ਹੈ ਕਿ ਉਹਨਾਂ ਨੇ IVF ਕਿੱਥੋਂ ਕਰਵਾਇਆ। IVF ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਜਿਹੜਾ ਹੈ ਉਹ ਇੰਗਲੈਂਡ ਤੋਂ ਕਰਵਾਇਆ। ਸੋ ਆਖਿਰ ਇਸ ਤੋਂ ਬਾਅਦ ਉਹਨਾਂ ਨੇ ਮਾਰਚ ਦੇ ਵਿੱਚ ਬੱਚੇ ਨੂੰ ਇੱਥੇ ਹੀ ਜਨਮ ਦੇਣਾ ਹੈ। ਸੋ ਆਖਿਰ ਹੁਣ ਜੇ ਸੱਚ ਜਿਹੜਾ ਹੈ ਉਹ ਕਾਫੀ ਲੋਕਾਂ ਨੇ ਸੁਣਿਆ ਹੈ। ਸੋ ਆਖਿਰ ਸਿੱਧੂ ਮੂਸੇਵਾਲੇ ਦੇ ਜੋ ਰਿਲੇਟਡ ਨੇ ਸੋ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਨੇ। ਉਹਨਾਂ ਦਾ ਮੰਨਣਾ ਹੈ ਕਿ ਅਜਿਹਾ ਕੁਝ ਹੈ ਹੀ ਨਹੀਂ, ਮੀਡੀਆ ਵੱਲੋਂ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ। ਇੱਥੋਂ ਤੱਕ ਸਿੱਧੂ ਦੇ ਜੋ ਰਿਲੇਟਡ ਨੇ, ਜੋ ਜਾਣਕਾਰ ਨੇ, ਉਹਨਾਂ ਨੇ ਇਹ ਗੱਲ ਵੀ ਕਹਿ ਦਿੱਤੀ ਹੈ ਕਿ ਇਹ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ। ਆਖਿਰਕਾਰ ਅਸੀਂ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਝੂਠੀਆਂ ਖਬਰਾਂ ਨਾ ਲਾਉਣ, ਅਤੇ ਉਹਨਾਂ ਲੋਕਾਂ 'ਤੇ ਅਸੀਂ ਕਾਰਵਾਈ ਵੀ ਕਰਵਾਵਾਂਗੇ ਜਿਹੜੇ ਝੂਠੀਆਂ ਖਬਰਾਂ ਨੂੰ ਵਾਇਰਲ ਕਰ ਰਹੇ ਨੇ, ਅਸੀਂ ਉਹਨਾਂ 'ਤੇ ਬਣਦੀ ਕਾਰਵਾਈ ਵੀ ਕਰਾਂਗੇ। ਸੋ ਨਾਲ ਹੀ ਜੇ ਗੱਲ ਕਰੀਏ ਤਾਂ ਸਿੱਧੂ ਦੇ ਪਰਿਵਾਰ ਨੇ ਇਸ ਵਿਸ਼ੇ 'ਤੇ ਕੋਈ ਪੁਸ਼ਟੀ ਨਹੀਂ ਕੀਤੀ ਹੈ ਕਿ ਮਾਰਚ ਮਹੀਨੇ ਵਿੱਚ ਸਿੱਧੂ ਦੀ ਮਾਂ ਇੱਕ ਬੱਚੇ ਨੂੰ ਜਨਮ ਦੇਵੇਗੀ। ਸਿਰਫ ਉਹ ਕਾਫੀ ਮਹੀਨਿਆਂ ਤੋਂ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਨਹੀਂ ਮਿਲ ਰਹੇ ਨੇ। ਸੋ ਆਖਰ ਲੋਕਾਂ ਨੇ ਕਿਹਾ ਕਿ ਸਿੱਧੂ ਦੀ ਮਾਤਾ ਪ੍ਰੈਗਨੈਂਟ ਨੇ, ਇਸ ਕਰਕੇ ਉਹ ਨਹੀਂ ਮਿਲ ਪਾ ਰਹੇ ਨੇ। ਔਰ ਨਾਲ ਹੀ ਜੇ ਗੱਲ ਕਰੀਏ ਸਿੱਧੂ ਦੇ ਪਿਤਾ ਨੇ ਵੀ ਇਸ ਚੀਜ਼ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ। ਸੋ ਆਖਿਰਕਾਰ ਖਬਰ ਵਾਇਰਲ ਹੋਣ ਤੋਂ ਬਾਅਦ ਵੀ ਸਿੱਧੂ ਦੇ ਪਰਿਵਾਰ ਨੇ ਕੋਈ ਪੋਸਟ ਸਾਂਝੀ ਨਹੀਂ ਕੀਤੀ ਹੈ। ਸਿਰਫ ਸਿੱਧੂ ਦੇ ਜਾਣਕਾਰ ਲੋਕਾਂ ਨੇ, ਜਿਹੜੇ ਸਿੱਧੂ ਦੇ ਕੰਮਕਾਰ ਨੂੰ ਜਾਣ ਤੋਂ ਬਾਅਦ ਦੇਖ ਰਹੇ ਨੇ, ਉਹਨਾਂ ਲੋਕਾਂ ਨੇ ਪੁਸ਼ਟੀ ਕੀਤੀ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ। ਸੋ ਆਖਰ ਇਸ ਚੀਜ਼ ਨੂੰ ਬਹੁਤਾ ਤੂਲ ਨਾ ਦਿੱਤਾ ਜਾਵੇ। ਸਿੱਧੂ ਮੂਸੇਵਾਲੇ ਦੀ ਮਾਤਾ ਦੀ ਇੱਕ ਵੀਡੀਓ ਜਿਹੜੀ ਹੈ ਉਹ ਵੈਸੇ ਸੋਸ਼ਲ ਮੀਡੀਆ 'ਤੇ ਐਡਿਟ ਕਰਕੇ ਪਾਈ ਹੋਈ ਹੈ, ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਲੋਕਾਂ ਨੇ ਜਿਹੜਾ ਇਸ ਖਬਰ ਨੂੰ ਵੈਸੇ ਹੀ ਜਿਹੜਾ ਸੱਚ ਕਰ ਦਿੱਤਾ, ਅਜਿਹਾ ਕੁਝ ਵੀ ਨਹੀਂ ਹੈ। ਫਿਲਹਾਲ ਉਹ ਵੀਡੀਓ ਨਕਲੀ ਹੈ, ਕੋਈ ਪਰਿਵਾਰ ਦੇ ਵਿੱਚੋਂ ਸਪਸ਼ਟੀਕਰਨ ਨਹੀਂ ਹੋਇਆ। ਇਹ ਵੀ ਨਹੀਂ ਕਿਹਾ ਗਿਆ ਕਿ ਸਿੱਧੂ ਦੀ ਮਾਂ ਬੱਚੇ ਨੂੰ ਜਨਮ ਨਹੀਂ ਦੇਵੇਗੀ, ਇਹ ਵੀ ਨਹੀਂ ਕਿਹਾ ਗਿਆ ਕਿ ਬੱਚੇ ਨੂੰ ਜਨਮ ਦੇਵੇਗੀ। ਸੋ ਆਖਿਰਕਾਰ ਇਹ ਖਬਰ ਕਿੱਥੋਂ ਵਾਇਰਲ ਹੁੰਦੀ ਹੈ, ਸੋ ਕਿਸ ਨੇ ਇਸ ਖਬਰ ਨੂੰ ਜਿਹੜਾ ਵਾਇਰਲ ਕਰ ਦਿੱਤਾ, ਹਜੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਹੈ। ਫਿਲਹਾਲ ਅਫਵਾਹਾਂ ਤੇ ਇਹੋ ਹੀ ਨੇ ਕਿ ਮਾਰਚ ਮਹੀਨੇ ਦੇ ਵਿੱਚ ਇੱਧਰੋਂ ਸਿੱਧੂ ਮੂਸੇਵਾਲੇ ਦੀ ਮਾਤਾ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਸਿੱਧੂ ਦੀ ਹਵੇਲੀ ਦੇ ਵਿੱਚ ਦੁਬਾਰਾ ਤੋਂ ਰੌਣਕਾਂ ਲੱਗਣ ਵਾਲੀਆਂ ਨੇ। ਸੋ ਆਖਿਰਕਾਰ ਦੁਬਾਰਾ ਲੋਕਾਂ ਦਾ ਮੰਨਣਾ ਹੈ ਕਿ ਉਹੀ ਸਿੱਧੂ ਮੁੜ ਕੇ ਵਾਪਸ ਆ ਰਿਹਾ ਹੈ। ਸੋ ਆਖਿਰਕਾਰ ਹੁਣ ਇੱਕ ਸਿੱਧੂ ਜਨਮ ਲਵੇਗਾ ਜਾਂ ਫਿਰ ਇੱਕ ਛੋਟੀ ਜਿਹੀ ਨੰਨੀ ਪਰੀ ਆਵੇਗੀ, ਇਸ ਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ, ਤਦ ਤੱਕ ਲਈ ਧੰਨਵਾਦ।